ਹਾਜ਼ੀਪੁਰ ਮਾਨਸਰ ਰੋਡ ਦੇ ਉੱਤੇ ਹੁਸ਼ਿਆਰਪੁਰ ਮੁਕੇਰੀਆਂ ਦੇ ਨੇੜੇ ਦੇਰ ਸ਼ਾਮ ਅਣਪਛਾਤੇ ਵਾਹਨ ਦੀ ਚਪੇਟ ਦੇ ਵਿੱਚ ਆਉਣ ਦੇ ਕਾਰਨ ਮਾਂ ਧੀ ਦੀ ਮੌਤ ਹੋ ਗਈ ਹੈ, ਜਦਕਿ ਜਿਹੜਾ ਮੁੰਡਾ ਹੈ ਉਹ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਮਹਿਲਾ ਦੇ ਭਰਾ ਦਾ ਕਹਿਣਾ ਹੈ ਕਿ ਉਸਦੀ ਭੈਣ ਅਤੇ ਉਸਦੇ ਜਿਹੜੇ ਬੱਚੇ ਸਨ ਉਹਨਾਂ ਦੇ ਨਾਲ ਰਹਿੰਦੀ ਸੀ, ਅਤੇ ਇਸੇ ਦਰਮਿਆਨ ਦੱਸਿਆ ਜਾ ਰਿਹਾ ਕਿ ਮੇਲਾ ਦੇਖਣ ਤੋਂ ਬਾਅਦ ਉਹ 8 ਵਜੇ ਦੇ ਕਰੀਬ ਮਾਨਸਰ ਰੇਲਵੇ ਫਾਟਕ ਦੇ ਕੋਲ ਪਹੁੰਚਦੇ ਨੇ। ਉਸਦੇ ਨੇੜੇ ਹੀ ਉਹਨਾਂ ਦਾ ਪਿੰਡ ਹੈ, ਅਤੇ ਉਹਨਾਂ ਦਾ ਕਹਿਣਾ ਕਿ ਗੇਟ ਦੇ ਦੂਜੇ ਪਾਸੇ ਜਦੋਂ ਪਹੁੰਚੇ ਨੇ ਤਾਂ ਕਾਰ ਸਵਾਰਾਂ ਦੇ ਵੱਲੋਂ ਕਾਰ ਮੋੜ ਲਈ ਜਾਂਦੀ ਹੈ, ਅਤੇ ਪਿੱਛੇ ਉਹ ਉਹਨਾਂ ਦੇ ਗੱਡੀ ਜਿਹੜੀ ਹੈ ਪਿੱਛੇ ਆ ਜਾਂਦੀ ਹੈ, ਜਿਸ ਕਾਰਨ ਕਿ ਕਾਰ ਨੇ ਜ਼ੋਰਦਾਰ ਉਹਨਾਂ ਨੂੰ ਟੱਕਰ ਮਾਰੀ ਹੈ। 4-5 ਲੋਕ ਹੋਰ ਵੀ ਜ਼ਖਮੀ ਹੋ ਗਏ ਨੇ। ਦੱਸਿਆ ਜਾ ਰਿਹਾ ਕਿ ਚਾਲਕ ਜਿਹੜੇ ਕਾਰ ਲੈ ਕੇ ਫਰਾਰ ਹੋ ਗਏ ਨੇ, ਜਿਸ ਦੌਰਾਨ ਕਿ ਮਹਿਲਾ ਅਤੇ ਉਸਦੀ ਧੀ ਦੀ ਮੌਤ ਹੋ ਗਈ ਹੈ, ਜਦਕਿ ਮੁੰਡਾ ਜਿਹੜਾ ਹੈ ਉਹ ਜ਼ਖਮੀ ਦੱਸਿਆ ਜਾ ਰਿਹਾ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਏ ਨੇ, ਹਾਲਾਂਕਿ ਉਹਨਾਂ ਦੀ ਪਛਾਣ ਨਹੀਂ ਹੋ ਪਾਈ। ਉੱਧਰ ਪੁਲਿਸ ਦੇ ਵੱਲੋਂ CCTV ਫੁਟੇਜ ਖੰਗਾਲੀ ਜਾ ਰਹੀ ਹੈ। ਮਾਂ ਧੀ ਦਾ ਪੋਸਟਮਾਰਟਮ ਕਰਵਾ ਕੇ ਜਿਹੜੀ ਮ੍ਰਿਤਕ ਦੇਹਾਂ ਨੇ ਵਾਰਸਾਂ ਨੂੰ ਦੇ ਦਿੱਤੀਆਂ ਗਈਆਂ ਨੇ, ਅਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਨੋਦ, ਤੁਹਾਡੇ ਕੀ ਲੱਗਦੇ ਸੀ? ਮੇਰੀ ਸਿਸਟਰ ਕੀ ਨਾਮ ਸੀ? ਰੇਖਾ ਕੁਮਾਰ। ਇਹ ਕਿੱਥੇ ਗਏ ਸੀ ਔਰ ਕਦੋਂ ਇਹ ਹਾਦਸਾ ਵਾਪਰਿਆ? ਇਹ ਬਾਬੇ ਦੇ ਗਏ ਸੀ ਚਿੰਗਣਮਾ ਮੇਲੇ 'ਤੇ। ਠੀਕ ਹੈ। ਉੱਥੋਂ ਆਉਂਦੀ ਵਕੀ ਘਰ ਨੂੰ ਆਉਂਦੇ ਸੀ, ਅਤੇ ਉੱਥੇ ਆਉਂਦੀ ਵਕੀ ਵਾਰਦਾਤ ਹੋਈ ਆ, ਬਹੁਤ ਤਰ੍ਹਾਂ ਜ਼ਖਮੀ ਕੀਤਾ। ਕਿੰਨੇ ਕਾਹਦੇ ਕਾਹਦੇ ਨਾਲ ਟੱਕਰ ਹੋਈ ਸੀ? ਇਹ ਗੱਡੀ ਨਾਲ। ਅੱਛਾ, ਫਿਰ ਉਸ ਤੋਂ ਬਾਅਦ ਕਾਰ ਨਾਲ? ਦੋ ਯਾਰ ਕਾਰ ਆ। ਉਸ ਤੋਂ ਬਾਅਦ ਇਹਨੇ ਹੋਸਪਿਟਲ ਲੈ ਕੇ ਆਏ, ਹੋਸਪਿਟਲ ਲੈ ਕੇ ਆ ਕੇ ਅਤੇ ਬਹੁਤ ਜ਼ਿਆਦਾ ਘਾਇਲ ਸੀ ਕੁੜੀ ਦੀ, ਅਤੇ ਆਉਂਦੇ ਸਾਥ ਹੀ ਡੈਥ ਹੋਈ। ਕੁੜੀ ਦਾ ਕੀ ਨਾਮ ਸੀਗਾ? ਗਰਮਾ। ਕਿੰਨੇ ਸਾਲ ਦੀ? 7 ਸਾਲ ਦੀ। ਅਤੇ ਤੁਸੀਂ CCTV ਵਗੈਰਾ ਤਲਾਸ਼ ਕੀਤੀ ਰਸਤੇ 'ਚ ਕਿ ਕਿਸ ਤਰ੍ਹਾਂ ਹਾਦਸਾ ਹੋਇਆ, ਕੁਛ ਪਤਾ ਲੱਗਾ? ਨਹੀਂ, ਅੱਜ ਸਵੇਰੇ ਕੀਤੀ ਸੀ, ਕੋਈ ਪਹਿਲਾਂ ਸਵੇਰੇ ਪੁੱਛਦਾਸ ਨਹੀਂ ਕਰਨ ਦੇ ਆਈ। ਬਾਅਦ 'ਚੋਂ ਅਸੀਂ ਕਿਹਾ ਕਿ ਅਸੀਂ ਮੀਡੀਆ ਵਾਲੇ ਨੂੰ ਸੱਦਣ ਲੱਗੇ ਹਾਂ, ਅਤੇ ਬਾਅਦ 'ਚ ਉਹਨਾਂ ਨੇ ਥੋੜ੍ਹੀ ਪੁੱਛਤਾਸ ਕੀਤੀ। ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ? ਸਾਨੂੰ ਸਿਰਫ ਇਨਸਾਫ ਚਾਹੀਦਾ। ਬਾਬੇ ਦੇ ਗਏ ਸੀ ਮੇਲੇ 'ਤੇ, ਗਏ ਸੀ ਅਤੇ ਮੇਲੇ ਤੋਂ ਆਏ ਕਰਦੇ ਸੀ, ਅਤੇ ਆਣ ਕੇ ਸੈਪਣੀ ਸਾਈਡ 'ਤੇ ਜਾਏ ਕਰਦੇ ਸੀ। ਇਹ ਟੋਟਲ 6 ਜਾਂ 7 ਜਣੇ ਆਏ ਸੀ, ਅਤੇ ਇਹ ਆਪਣੀ ਸਾਈਡ 'ਤੇ ਜਾਏ ਕਰਦੇ, ਗੱਡੀ ਵਾਲਾ ਪਿੱਛੇ ਵਾਲਾ ਆਇਆ ਸੀ, ਅਤੇ ਨਾਲੇ ਘੜੀਸਤਾ ਇਹਨੇ ਨੂੰ ਲੈ ਗਿਆ। ਗੱਡੀ ਸੀ ਇਹ ਵਾਈਟ ਕਲਰ ਦੀ ਸੀ, ਸਿਫਟ ਵਗੈਰਾ ਸੀ ਗੱਡੀ। ਠੀਕ ਹੈ। ਅਤੇ ਲੈ ਕੇ ਗਏ, ਅਤੇ ਨਾਲੇ ਪਹਿਲਾਂ ਕੁੜੀ ਦੇ ਵੀ ਸੱਟਾਂ ਵਗੈਰਾ ਕਾਫੀ ਲੱਗੀਆਂ, ਸਿਸਟਰ ਦੇ ਕਾਫੀ ਬਾਂਹ ਟੁੱਟ ਗਈ ਆ, ਲੱਤ ਵੀ ਕਰਾਇਆ ਗਈ ਸੀ, ਰੀੜ ਦੀ ਹੱਡੀ ਵੀ ਕਰਾਇਆ ਗਈ ਸੀ, ਅਤੇ ਛਾਤੀ ਦੇ ਵੀ ਗੱਡੀ ਦੇ ਧੋਣ। ਹਾਂਜੀ, ਪੂਰੇ ਜ਼ਿਲ੍ਹਾ ਹੋ ਗਿਆ। ਪੁਲਿਸ ਵਾਈ ਕੀਤੀ ਸੀ ਅਸੀਂ, ਅਤੇ ਪਹਿਲਾਂ ਸਵੇਰੇ ਤਾਂ ਕੋਈ ਸੁਣਾਈ ਨਹੀਂ ਹੋਈ, ਫਿਰ ਬਾਅਦ 'ਚ ਅਸੀਂ ਮੀਡੀਆ ਵਾਲੇ ਨੂੰ ਕਿਹਾ ਸੀ, ਅਤੇ ਬਾਅਦ 'ਚ ਸਾਰਾ ਕੁਛ ਹੋਇਆ ਸੀ। ਅਸੀਂ ਮੰਗ ਹੈ ਬਸ, ਸਾਨੂੰ ਇਨਸਾਫ ਚਾਹੀਦਾ ਬਸ, ਜੋ ਵੀ ਕਿੰਨੇ ਵੀ ਇਹ ਕੰਮ ਕੀਤਾ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ। ਇਹ ਪਿੱਛੋਂ ਗੱਡੀ ਆਈ, ਉਹਨੇ ਸ਼ਰਾਬ ਹੀ ਪੀਤੀ ਸੀ, ਅਤੇ ਇਹਨਾਂ 'ਚ ਵੱਜਣ ਲੱਗੇ ਨਾ, ਪਹਿਲੇ ਉਹ ਮਾਮੀ ਇੱਕ ਪਾਸੇ ਹੈਗੇ ਨਾ, ਤਾਂ ਉਹਨਾਂ 'ਚ ਵੱਜੇ, ਤਾਂ ਇਹ ਇੱਧਰ ਨੂੰ ਆ ਗਿਆ ਆਪਾਂ ਨੂੰ, ਮੈਂ ਵੀ ਇੱਧਰ ਨੂੰ ਆ ਗਿਆ, ਇੱਕ ਪਾਸੇ ਨੂੰ ਆ ਗਿਆ ਆਪਾਂ, ਤਾਂ ਇਹਨਾਂ ਨੂੰ ਜਿਹੜੇ ਮਾਮੀ ਹੁਣ ਉਹਨਾਂ ਧਰੀਕ ਹੀ ਲੈ ਗਏ, ਨਾਲ ਹੀ ਲੈ ਗਏ, ਉਹ ਇੱਕ ਹਿਸਾਬ ਦੇ ਅੱਗੇ ਛੱਡਿਆ ਜਾ ਕੇ ਉਹਨਾਂ ਨੇ, ਤਾਂ ਬਾਕੀਆਂ ਦੇ ਪਿੱਛੇ। ਉਹ ਗੱਡੀ ਵਾਲਾ ਰੁਕਿਆ ਨਹੀਂ ਉੱਥੇ? ਨਹੀਂ ਜੀ, ਉਹ ਨਹੀਂ ਰੁਕਿਆ। ਕਿਹੜੇ ਕਿਹੜੇ ਰੰਗ ਦੀ ਗੱਡੀ ਸੀਗੀ? ਵਾਈਟ ਕਲਰ ਦੀ ਸੀ। ਕਿਸੇ ਨੇ ਤੁਹਾਡੀ ਮਦਦ ਵਗੈਰਾ ਕੀਤੀ ਉੱਥੇ? ਉੱਥੇ ਪਿੰਡ ਵਾਲੇ ਉਹ ਭਾਈ ਭੂਈ ਸੱਟੇ ਹੋਏ ਸੀਗੇ, ਉੱਦਾਂ ਨਾਲ ਪੁਲਿਸ ਨੂੰ ਸੱਦਿਆ ਸੀ, ਉਹ ਆਈ ਬਾਅਦ 'ਚ ਆਏ ਸੀ, 2-3 ਜਣੇ ਆਏ, ਪਤਾ ਨਹੀਂ ਲੱਗਿਆ ਇੰਨਾ ਗੱਡੀ ਦਾ। ਅਤੇ ਤੁਸੀਂ ਆਪਣੀ ਮਦਰ ਦੇ ਨਾਲ ਸੀਗੇ ਮੰਮੀ ਦੇ? ਹਾਂਜੀ। ਅਤੇ ਕਿੱਥੋਂ ਆਏ ਸੀ ਤੁਸੀਂ? ਆਪਾਂ ਮੇਲਾ ਦੇਖ ਕੇ ਆਉਂਦੇ ਸੀਗੇ, ਅਤੇ ਟੱਕਰ ਉਹਨੇ ਪਿੱਛੇ ਮਾਰੀ, ਟੇਡੀ ਮੇਡੀ ਦਾ ਗੱਡੀ ਚਲਾਉਣ ਦਿਆ ਹੈਗਾ,